ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਸਾਡੇ ਸਪੋਕਸਪਰਸਨ ਵਿਕਰਮ ਪਾਸੀ ਜੀ ਔਰ ਗੋਵਿੰਦਰ ਮਿੱਤਲ ਸਾਹਿਬ ਮੇਰੇ ਨਾਲ ਰਹਿਣਗੇ। ਪੱਤਰਕਾਰ ਵੀਰੋ, ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਜਿਹੜੇ ਤੜਫ ਰਹੇ ਨਾ ਸੱਤਾ ਤੋਂ ਬਾਹਰ ਆ ਕੇ, ਇੰਨੇ ਤੜਫੇ ਆ ਕਿ ਹਰ ਰੋਜ਼ ਝੂਠ ਪਰੋਸਦੇ ਆ ਲੋਕਾਂ ਦੇ ਸਾਹਮਣੇ, ਔਰ ਵਿਕਰਮ ਮਜੀਠੀਆ ਦਾ ਤਾਂ ਟਿੱਲ ਤੱਕ ਜ਼ੋਰ ਲੱਗਿਆ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਤਰੀਕੇ ਨਾਲ ਪੰਜਾਬ 'ਚ ਮੈਂ ਅੱਗ ਲਵਾ ਦਾਂ। ਗੱਲ ਇਹ ਆ, ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਅਤੇ ਹੁਣ ਕੋਈ ਉਮੀਦ ਦਿਖਦੀ ਨਹੀਂ ਆ। ਔਰ ਜਿਸ ਤਰੀਕੇ ਨਾਲ ਬੰਦੀ ਸਿੰਘਾਂ 'ਤੇ ਇਹਨਾਂ ਨੇ ਰਾਜਨੀਤੀ, ਘਟੀਆ ਰਾਜਨੀਤੀ ਸ਼ੁਰੂਆਤ ਕੀਤੀ ਹੈ, ਉਹਦਾ ਇੱਕ ਨਵਾਂ ਨਮੂਨਾ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਪ੍ਰੋਫੈਸਰ ਦਵਿੰਦਰ ਪਾਲ ਭੁੱਲਰ, ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਜੇਲ੍ਹ 'ਚ ਬੰਦ ਨੇ, ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ, ਇਹ ਮੈਡੀਕਲ ਰਿਪੋਰਟਾਂ ਕਹਿੰਦੀਆਂ, ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ NOC ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ। ਦਸੰਬਰ ਦੇ ਮਹੀਨੇ 'ਚ ਜਿਹੜਾ ਇਹਨਾਂ ਦੀ ਰਿਹਾਈ ਵਾਸਤੇ ਬੋਰਡ ਗਠਿਤ ਹੋਇਆ, 7 ਮੈਂਬਰੀ ਬੋਰਡ ਗਠਿਤ ਹੋਇਆ, ਉਸ ਬੋਰਡ 'ਚ ਇੱਕ ਮਿਨਿਸਟਰ ਹੈ ਮਾਣਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਕੈਲਾਸ਼ ਗਹਿਲੋਤ ਜੀ। ਕੈਲਾਸ਼ ਗਹਿਲੋਤ ਜੀ ਜੇਲ੍ਹ ਮੰਤਰੀ ਹੈ ਦਿੱਲੀ ਸਰਕਾਰ, ਔਰ ਉਸ ਬੋਰਡ ਦੇ ਮੈਂਬਰ ਹੈ, ਔਰ ਇਕਲੌਤੇ ਕੈਲਾਸ਼ ਗਹਿਲੋਤ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ, ਉਹ 'ਚ ਪੁਰਜ਼ੋਰ ਤਰੀਕੇ ਨਾਲ ਇਹ ਗੱਲ ਰੱਖੀ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ। ਔਰ ਉਹਦੇ ਗਰਾਊਂਡ ਹੈ, ਉਹਦੇ 3 ਗਰਾਊਂਡ ਉਹਨਾਂ ਨੇ ਕਿਹਾ, ਇੱਕ ਤਾਂ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ, ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ, ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ NOC ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ ਵਾਰ, ਜਿਨ੍ਹਾਂ ਦਾ ਟਿੱਲ ਦਾ ਜ਼ੋਰ ਲੱਗਿਆ, ਖਾਸ ਕਰ ਵਿਕਰਮ ਅਜੀਠੀਏ ਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ 10-10, 15-15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟ ਵੈਰੀਫਾਈ ਵੀ ਨਹੀਂ ਕਰਦੇ, ਕੋਈ ਪੜ੍ਹਾਈ ਲਿਖਾਈ ਨਹੀਂ ਕਰਦੇ, ਕਿਸ ਕੋਈ ਨਹੀਂ, ਮਤਲਬ ਤੁਸੀਂ ਘੱਟੋ ਘੱਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ 'ਤੇ ਪਤਾ ਕਰ ਲਓ। ਜੋ ਸਵੇਰ ਤੋਂ ਸ਼ੁਰੂ ਹੁੰਦੇ ਆ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਾਲਾਂ ਕੱਢੀ ਜਾਣੀਆਂ, ਸਾਡੇ ਨੈਸ਼ਨਲ ਸੁਪਰੀਮੋ ਮਾਣਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਬਸ ਇੱਕੋ ਏਜੰਡਾ ਹੈ ਵੀ ਦੋਨਾਂ ਨੂੰ ਸਵੇਰ ਤੋਂ ਉੱਠ ਕੇ ਗਾਲਾਂ ਕੱਢਦੇ ਆ। ਹੁਣ ਜਿਹੜੀ ਦਸੰਬਰ ਦੇ ਮਹੀਨੇ 'ਚ ਬੋਰਡ ਦੀ ਮੀਟਿੰਗ ਹੋਈ, 7 ਮੈਂਬਰੀ ਬੋਰਡ ਹੈ, ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, 7 ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟੀਨੈਂਟ ਗਵਰਨਰ ਆਫ ਦਿੱਲੀ। ਲੈਫਟੀਨੈਂਟ ਗਵਰਨਰ ਕੌਣ ਹੈ? ਲੈਫਟੀਨੈਂਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ, ਹਿੱਸੇਦਾਰ ਰਹੀ ਭਾਜਪਾ ਦਾ ਨੁਮਾਇੰਦਾ। ਭਾਜਪਾ ਦੇ ਨੁਮਾਇੰਦੇ ਲੈਫਟੀਨੈਂਟ ਗਵਰਨਰ ਨੇ 7 ਮੈਂਬਰੀ ਬੋਰਡ ਬਣਾਇਆ ਹੋਇਆ ਜਿਹਦੇ 'ਚ 6 ਮੈਂਬਰ
ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ ਔਰ ਆ ਮਿਨਟਸ ਹੈ ਮੇਰੇ ਕੋਲ ਮੀਟਿੰਗ ਦੇ। ਇਕਲੌਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਕੈਲਾਸ਼ ਗਹਿਲੋਤ ਜੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਇਹ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾਅ ਕੀਤਾ ਜਾਵੇ। ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉੱਥੇ ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਉਣ ਨੂੰ ਤੇ ਜ਼ਰੂਰ ਅੱਡ ਹੋਇਆ, ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਅੱਜ ਇਹਨਾਂ ਨੂੰ ਬੁਲਾਉਣ ਤੇ ਅੱਜ ਹੀ ਲੰਮੇ ਪੈ ਜਾਣ ਪੈਰਾਂ 'ਚ ਉਹਨਾਂ ਨਾਲ ਫਿਰ ਇਕੱਠੇ ਹੋਣ ਲਈ ਇਲੈਕਸ਼ਨ ਲੜਨ ਦੀ। ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ 'ਚ ਜਾਖੜ ਸਾਹਿਬ ਹੈ, ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ। ਇਹ ਫੈਕਟ ਹੈ, ਮੇਰੇ ਕੋਲ ਮਿਨਟਸ ਪਏ ਆ ਮੀਟਿੰਗ ਦੇ। ਹੁਣ ਮੈਂ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮ ਮਜੀਠੀਆ ਸਾਹਿਬ ਨੂੰ, ਜਿਨ੍ਹਾਂ ਦਾ ਟਿੱਲ ਦਾ ਜ਼ੋਰ ਇਸ ਗੱਲ 'ਤੇ ਲੱਗਿਆ। ਉਹ ਤੁਸੀਂ ਦੇਖਿਓ ਨਾ, ਇਹ ਵਿਕਰਮ ਮਜੀਠੀਆ ਉਹੀ ਹੈ ਜਿਹੜਾ ਪਹਿਲਾਂ ਲਾਈ ਹੋ ਕੇ ਅੰਮ੍ਰਿਤਪਾਲ ਨੂੰ ਉਹ ਗਾਲਾਂ ਕੱਢੀਆਂ ਇਹਨੇ, ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨਾ ਸੀ। ਜਦੋਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋ ਗਈ ਤਾਂ ਫਿਰ ਦੂਜੇ ਪਾਸੇ ਹੋ ਗਿਆ ਵਿਕਰਮ ਮਜੀਠੀਆ, ਕਿਉਂਕਿ ਦੂਜੇ ਤਬਕਾ ਨਾਰਾਜ਼ ਹੋ ਗਿਆ। ਸੋ ਇਹਨਾਂ ਦੀ ਇਹ ਬਾਦਲ ਪਰਿਵਾਰ ਦੀ ਰਾਜਨੀਤੀ ਔਰ ਜਿਸ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਨੂੰ ਅੱਗੇ ਸੰਭਾਲ ਰਹੇ ਆ ਮਜੀਠੀਆ ਸਾਹਿਬ, ਉਹਨਾਂ ਦਾ ਇੱਕੋ ਹੀ ਜ਼ੋਰ ਲੱਗਿਆ ਪਿਆ ਕਿਸੇ ਤਰੀਕੇ ਨਾਲ ਪੰਜਾਬ 'ਚ ਭਾਈਚਾਰੇ 'ਚ ਅੱਗ ਲੱਗੇ, ਲੜਾਈ ਹੋਵੇ, ਝਗੜਾ ਹੋਵੇ, ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢੀਆਂ, ਕਿਸੇ ਤਰੀਕੇ ਨਾਲ ਅਸੀਂ ਸੱਤਾ 'ਚ ਆ ਜਾਈਏ। ਔਰ ਇਹ ਲੋਕ ਉਹ ਲੋਕ ਹੈ ਪੰਜਾਬ ਦੇ ਵੀਰੋ, ਇਹੀ ਜਦੋਂ ਸੱਤਾ ਸੀ 15 ਸਾਲ ਇਹ ਪੰਜਾਬ 'ਚ ਰਹੇ, ਅਟਲ ਬਿਹਾਰੀ ਵਾਜਪੇਈ ਦੀ ਕੈਬਨਿਟ 'ਚ ਕੁਲੀਗ ਰਹੇ ਔਰ ਹਰਸਿਮਰਤ ਬਾਦਲ ਜੀ ਤੇ ਹੁਣ ਮੋਦੀ ਸਾਹਿਬ ਦੇ ਨਾਲ ਵੀ ਰਹੇ, ਇਹਨਾਂ ਨੇ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਵਿਰੋਧਤਾ ਕੀਤੀ ਹੈ। ਔਰ ਸੁਖਬੀਰ ਬਾਦਲ ਜੀ ਦੀ ਤੇ ਉਹ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਆ ਜਿਹਦੇ 'ਚ ਉਹ ਕਹਿ ਰਹੇ ਲਗਾਤਾਰ ਇਹ ਅੱਤਵਾਦੀ ਹੈ। ਜਦੋਂ ਉੱਥੇ ਬੁਲਾਇਆ ਗਿਆ ਸੀ ਸਰਬੱਤ ਖਾਲਸਾ ਤਰਨ ਤਾਰਨ, ਉਸ ਸਰਬੱਤ ਖਾਲਸੇ ਤੇ ਪਹਿਲੀ ਪ੍ਰਤੀਕਿਰਿਆ ਸੁਖਬੀਰ ਬਾਦਲ ਜੀ ਦੀ ਉਹ ਸੀ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਹਿ ਰਹੇ ਸਾਰੇ ਅੱਤਵਾਦੀ ਹੈ, ਤੇ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਗਏ ਤੇ ਅੱਜ ਕਿਸ ਤਰੀਕੇ ਨਾਲ ਝੂਠ ਪਰੋਸ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ, ਪੰਜਾਬ ਦੇ ਲੋਕਾਂ ਅੱਗੇ ਇੱਕ ਝੂਠਾ ਹਮਦਰਦੀ ਲੈਣ ਵਾਸਤੇ ਝੂਠਾ ਇੱਕ ਪ੍ਰੋਪਾਗੈਂਡਾ। ਆਹੇ ਜੀ, ਆਮ ਆਦਮੀ ਪਾਰਟੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੋਣ ਦੇ ਰਹੀ। ਆਹ ਮਿਨਟਸ ਪਏ ਉਸ ਮੀਟਿੰਗ ਦੀ ਜਿਹੜੀ ਦਸੰਬਰ ਦੇ ਮਹੀਨੇ 'ਚ ਹੋਈ, ਉਹਦੇ 'ਚ ਸਪਸ਼ਟ ਹੈ ਕਿ ਇਕਲੌਤੀ ਓਨਲੀ ਵਨ ਪਰਸਨ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਕੈਬਨਿਟ ਦੇ ਅਹਿਮ ਹਿੱਸਾ ਹੈ ਕੈਲਾਸ਼ ਗਹਿਲੋਤ ਜੀ, ਜਿਹੜੇ ਜੇਲ੍ਹ ਮੰਤਰੀ ਹੈ, ਉਹਨਾਂ ਨੇ ਇਸ ਗੱਲ ਦਾ ਪੁਰਜ਼ੋਰ ਮੰਗ ਕੀਤੀ ਕਿ ਪ੍ਰੋਫੈਸਰ ਸਾਹਿਬ ਦੀ ਸਜ਼ਾ ਵੀ ਪੂਰੀ ਹੋ ਗਈ ਆ, ਪ੍ਰੋਫੈਸਰ ਸਾਹਿਬ ਦੀ ਸਿਹਤ ਵੀ ਠੀਕ ਨਹੀਂ ਹੈ ਔਰ ਪ੍ਰੋਫੈਸਰ ਸਾਹਿਬ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਕਲੀਅਰੈਂਸ ਦਿੱਤੀ ਆ ਕਿ ਇਹਨਾਂ ਨੂੰ ਛੱਡਿਆ ਜਾਵੇ। ਲੇਕਿਨ ਬੀਜੇਪੀ ਲੈਫਟੀਨੈਂਟ ਗਵਰਨਰ ਦੇ ਨੋਮੀਨੇਟਡ 6 ਮੈਂਬਰਾਂ ਨੇ ਵਿਰੋਧਤਾ ਕੀਤੀ, ਜਿਹੜੀ ਬੀਜੇਪੀ ਨਾਲ ਗੱਲਵੱਕੜੀ ਅਕਾਲੀ ਦਲ ਹਮੇਸ਼ਾ ਰਿਹਾ ਅਤੇ ਆਉਣ ਵਾਲੇ ਟਾਈਮ 'ਚ ਹੀ ਰਹੂਗਾ। ਹੁਣ ਮੇਰਾ ਸਵਾਲ ਹੈ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਕਿ ਕੀ ਤੁਸੀਂ ਮੋਦੀ ਸਾਹਿਬ ਦੇ ਅੱਗੇ ਜਾ ਕੇ ਜਿਹੜੇ ਉਹ ਬੋਰਡ ਦੇ ਮੈਂਬਰ ਹੈ
ਜਿਨ੍ਹਾਂ ਨੇ ਵਿਰੋਧ ਤਾਂ ਕੀਤੀ ਆ, ਮਿਨਟਸ ਪਏ ਆ ਤੁਹਾਡੇ ਸਾਹਮਣੇ, ਕਿਆ ਉਹ ਬੋਰਡ ਦੇ ਮੈਂਬਰ ਬਦਲਾਉਣ ਲਈ ਕੋਈ ਐਜੀਟੇਸ਼ਨ, ਕੋਈ ਧਰਨਾ ਪ੍ਰਦਰਸ਼ਨ ਕਰੂੰਗੇ? ਕਿਆ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜ਼ੁਬਾਨ ਜਿਸ ਤਰੀਕੇ ਨਾਲ ਇਹ ਗਾਲਾਂ ਕੱਢਦੇ ਆ ਮਾਨ ਸਾਹਿਬ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ, ਲਗਾਤਾਰ ਇੱਕ ਸ਼ਬਦ ਵੀ ਮੋਦੀ ਸਾਹਿਬ ਦੇ ਖਿਲਾਫ਼ ਬੋਲ ਕੇ ਦਿਖਾਉਣਗੇ? ਹਿੰਮਤ ਹੈਗੀ ਇਹਨਾਂ 'ਚ? ਲੇਕਿਨ ਇਹ ਤੁਹਾਡਾ, ਜੇ ਤੁਸੀਂ ਸੋਚਦੇ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਇਸ ਭੁਲੇਖੇ 'ਚ ਆ ਜਾਣਗੇ, ਤੁਹਾਡਾ ਦੋਗਲਾ ਅਤੇ ਦੋਹਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਅਸਲੀ ਤਰੀਕੇ ਨਾਲ ਵੇਖ ਲਿਆ। ਤੁਹਾਡੇ ਝੂਠੇ, ਤੁਹਾਡੇ ਇਸ ਗੁੰਮਰਾਹਕੁਨ ਪ੍ਰਚਾਰ 'ਚ ਪੰਜਾਬ ਦੇ ਲੋਕ ਨਹੀਂ ਆ ਸਕਦੇ। ਲੋਕਾਂ ਨੇ ਤਾਂ ਹੁਣੇ ਵੇਖ ਲਿਆ ਜਥੇਦਾਰ ਕੌਂਕੇ ਸਾਹਿਬ ਵਾਲੇ ਇਸ਼ੂ 'ਤੇ, ਜੋ ਤੁਹਾਡੀ ਸੱਚਾਈ, ਜੋ ਬਾਦਲ ਸਰਕਾਰ ਦੀਆਂ ਕਰਤੂਤਾਂ ਸਾਹਮਣੇ ਆਈਆਂ, ਪੰਜਾਬ ਦਾ ਪੰਥ, ਪੰਜਾਬ ਦੇ ਲੋਕ ਹਰੇਕ ਤਰੀਕੇ ਨਾਲ ਤੁਹਾਡੀ ਅਸਲੀਅਤ ਪਛਾਣ ਗਏ ਆ। ਔਰ ਬੰਦੀ ਸਿੰਘਾਂ 'ਤੇ ਵੀ ਤੁਹਾਡੇ ਜਿਹੜੀ ਇਹ ਬਿਆਨਬਾਜ਼ੀ ਆ, ਸਿਰਫ ਅਤੇ ਸਿਰਫ ਲੋਕਾਂ ਤੋਂ ਝੂਠੀ ਹਮਦਰਦੀ ਲੈਣ ਦੀ ਆ, ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਲੋਕਾਂ ਨੂੰ ਝੂਠ ਬੋਲ ਰਹੇ ਹੋ। ਕਿਉਂਕਿ ਆਮ ਆਦਮੀ ਪਾਰਟੀ ਦੇ ਵਜ਼ੀਰ ਸਾਹਿਬ ਹੀ ਉੱਥੇ ਡਿਮਾਂਡ ਕਰ ਰਹੇ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਜਿਹੜੇ ਜੇਲ੍ਹ ਮੰਤਰੀ ਦੀ ਹੈਸੀਅਤ ਨਾਲ ਉਸ ਬੋਰਡ ਦੇ ਹਿੱਸੇ 'ਚ ਹੈ। ਔਰ ਬੋਰਡ ਨੇ 6-1 ਨਾਲ, ਇਸ ਪੈਰਾਗ੍ਰਾਫ ਹੈ 6-1, ਇੱਕ ਬੰਦਾ ਉਹਨਾਂ ਦੇ ਹੱਕ ਸੀਗਾ ਰਿਹਾਈ ਦੇ, 6 ਬੰਦੇ ਨੇ ਅਪੋਜ਼ ਕੀਤੀ, ਇਸ ਕਰਕੇ ਰਿਹਾਈ ਨਹੀਂ ਹੋਈ, ਜਿਹੜੇ ਕਿ ਬਾਦਲ ਪਰਿਵਾਰ ਦੇ ਔਰ ਅਕਾਲੀ ਦਲ ਬਾਦਲ ਦੇ ਭਾਈਵਾਲ ਰਹੇ ਆ, ਅੱਜ ਵੀ ਭਾਈਵਾਲ ਹੈ ਔਰ ਆਉਣ ਵਾਲੀ ਲੋਕ ਸਭਾ 'ਚ ਵੀ। ਕਹਿਣ ਸੁਖਬੀਰ ਸਿੰਘ ਬਾਦਲ ਕਿ ਅਸੀਂ ਬੀਜੇਪੀ ਨੂੰ ਹੁਣ ਬਿਲਕੁਲ ਮੂੰਹ ਨਹੀਂ ਲਾਵਾਂਗੇ, ਅਸੀਂ ਬੀਜੇਪੀ ਨੇ ਸਾਡੇ ਬੰਦੀ ਸਿੰਘ ਨਹੀਂ ਛੱਡੇ, ਕਿਉਂਕਿ ਮੋਦੀ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਜਿਹੜੀ ਅਨਾਊਂਸਮੈਂਟ ਕੀਤੀ ਉਹ ਤੋਂ ਹੀ ਮੁੱਕਰ ਗਏ। ਕਹਿਣ ਹੁਣ ਸੁਖਬੀਰ ਬਾਦਲ ਜੀ ਜ਼ੁਰਤ ਹੈਗੀ ਹੈ ਅਤੇ ਕਹਿਣ ਕਿ ਬੀਜੇਪੀ ਨੂੰ ਅਸੀਂ ਕਦੀ ਮੂੰਹ ਨਹੀਂ ਲਾਵਾਂਗੇ, ਕਹਿਣ ਕਿ ਬੀਜੇਪੀ ਨੇ ਝੂਠ ਬੋਲਿਆ, ਬੀਜੇਪੀ ਨੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਧੋਖਾ ਕੀਤਾ। ਜੇ ਹਿੰਮਤ ਹੈ ਸੁਖਬੀਰ ਸਿੰਘ ਬਾਦਲ ਜੀ ਤੇ ਆ ਕੇ ਬਿਆਨ ਦਿਓ, ਆ ਸਿਰਫ ਤੇ ਸਿਰਫ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਨੂੰ, ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ, ਮਾਨ ਸਾਹਿਬ ਨੂੰ, ਜਿਹੜਾ ਲਗਾਤਾਰ ਪੰਜਾਬ ਨੂੰ ਨਵੇਂ ਸਿਰੇ ਤੋਂ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਜਿਹੜੀਆਂ ਲਗਾਤਾਰ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰ ਰਹੇ, ਉਹਨਾਂ ਨੂੰ ਗਾਲਾਂ ਕੱਢਣ ਤੋਂ ਇਲਾਵਾ ਤੁਹਾਡੇ ਕੋਈ ਏਜੰਡਾ ਨਹੀਂ ਗਾ। ਤੁਸੀਂ ਲਗਾਤਾਰ ਸੱਤਾ 'ਚ ਰਹਿ ਕੇ ਇਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ, ਅੱਜ ਵੀ ਜਿਹੜੇ ਤੁਹਾਡੇ ਖਾਸ ਹੈ, ਜਿਨ੍ਹਾਂ ਨਾਲ ਤੁਸੀਂ ਤਰਲੋ ਮੱਛੀ ਹੋ ਰਹੇ ਹੋ ਲੋਕ ਸਭਾ ਲੜਨ ਦੀ, ਉਹ ਅੱਜ ਫਿਰ ਜਿਹੜਾ ਆ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਵਿਰੋਧ ਕਰ ਰਿਹਾ। ਸੋ ਆਹ ਸੱਚਾਈ ਆ। ਸੋ ਅੱਜ ਮੀਡੀਆ ਦੇ ਸਾਥੀਓ ਇਸ ਚੀਜ਼, ਕਿਉਂਕਿ ਮੀਡੀਆ ਦੇ ਵੀ ਇੱਕ ਹਿੱਸੇ ਨੇ ਕੁਛ ਝੂਠੀਆਂ ਰਿਪੋਰਟਸ ਲਾਈਆਂ, ਅਸੀਂ ਉਹਨਾਂ ਨੂੰ ਵੀ ਜਿਹੜਾ ਆ ਚਿੱਠੀ ਲਿਖੀ ਆ ਵੀ ਤੁਸੀਂ ਇਹਨੂੰ ਕਲੈਰੀਫਾਈ ਕਰੋ। ਸੋ ਤੁਹਾਡੇ ਰਾਹੀਂ ਮੈਂ ਇਹਨਾਂ ਨੂੰ ਸਵਾਲ ਵੀ ਪੁੱਛਣਾ ਚਾਹੁੰਦਾ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖੇ ਆ, ਔਰ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ, ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦੇ। ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ, ਖਾਸ ਕਰ ਸਿੱਖਾਂ ਨਾਲ, ਪੰਥ ਨਾਲ ਹਮੇਸ਼ਾ ਹੀ ਇਹਨਾਂ ਨੇ ਧੋਖਾ ਕੀਤਾ। ਪੰਥ ਦੇ ਨਾਂ 'ਤੇ, ਬੰਦੀ ਸਿੰਘਾਂ ਦੇ ਨਾਂ 'ਤੇ ਇਹਨਾਂ ਨੇ ਵੋਟਾਂ ਲਈਆਂ, ਹਮੇਸ਼ਾ ਹੀ ਜਿਹੜੇ ਪੰਥ ਦੋਖੀ ਸੀ ਉਹਨਾਂ ਨੂੰ ਵੱਡੀਆਂ ਕੁਰਸੀਆਂ ਵੀ ਦਿੱਤੀਆਂ, ਉਹਨਾਂ ਨਾਲ ਰਾਜੀਨਾਮੇ ਵੀ ਕੀਤੇ, ਉਹਨਾਂ ਦੀਆਂ ਫਿਲਮਾਂ ਵੀ ਚਲਵਾਈਆਂ, ਉਹਨਾਂ ਨੂੰ ਲਗਾਤਾਰ ਵੱਡੀਆਂ ਵੱਡੀਆਂ ਸਿਕਿਉਰਿਟੀਆਂ ਵੀ ਦਿੱਤੀਆਂ। ਆਹ ਇਹਨਾਂ ਦੀ ਸੱਚਾਈ। ਇਸ ਵਿਸ਼ੇ 'ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ। ਬਹੁਤ ਬਹੁਤ ਧੰਨਵਾਦ।